ਵੀ ਜੇ ਮੈਂ ਜਿੱਤ ਕੇ ਦੂਜੇ ਦਿਨ ਮੈਂ ਜਿੱਤ ਕੇ ਮੈਂ ਤੁਹਾਡਾ ਮੁੱਲ ਨਾ ਮੋੜਾਂ ਅਤੇ ਸਾਰਾ ਸ਼ਹਿਰ ਕਿ ਸਾਰਾ ਹਿੰਦੁਸਤਾਨ ਜੁੱਤੀਆਂ ਮਾਰਿਓ। ਸਿਰਫ ਦੂਜੇ ਦਿਨ ਹੀ, ਕੋਈ ਇੱਕ ਮਹੀਨਾ ਨਹੀਂ, ਕੋਈ ਦੋ ਦਿਨ ਨਹੀਂ, ਕੋਈ ਤਿੰਨ ਦਿਨ ਨਹੀਂ। ਆ ਪਹਿਲੇ ਦਿਨ ਜਿੱਤ ਗਿਆ, ਦੂਜੇ ਦਿਨ ਨਾਲ ਤੁਹਾਡੇ ਵੋਟਾਂ ਦਾ ਮੁੱਲ ਮੋੜ ਦੇਣਾ ਪਊਗਾ। ਬਾਬੀ ਚੁੰਮੇ ਵਾਲੀ ਕਿੱਥੋਂ ਖੜੀ ਕੀਤੀ ਹੈ ਤੁਸੀਂ? ਬਿਲਕੁਲ ਨਹੀਂ ਖੜੀ ਹੋਈ। ਕਿਉਂ? ਕਿਉਂ? ਉਹਦੇ ਵਾਸਤੇ ਚੀਟੂ ਬਾਣੀਆਂ ਖੜਾ ਕਰਤਾ, ਟਿਕਟ ਕੈਂਸਲ ਕਰਤੀ। ਨਹੀਂ, ਕੀ ਹੋਇਆ, ਕੀ ਹੈ, ਕੀ ਮਾਮਲਾ, ਕੀ ਹੋਇਆ? ਕਾਰਨ ਉਹ ਕਹਿੰਦੀ ਵੀ ਧਮਕੀ ਆ ਗਈ। ਹੁਣ ਧਮਕੀ ਆ ਗਈ ਆ ਕਿ ਪਤਾ ਨਹੀਂ ਕੀ ਹੋ ਗਿਆ ਵਾ, ਇਹ ਤਾਂ ਪਰਮਾਤਮਾ ਹੀ ਜਾਣੇ। ਖੁਰੇ ਅੱਖ ਚੁੰਮਾ ਦੇ ਦਿੱਤਾ ਉਹਨੇ, ਇਹ ਵੀ ਪਤਾ ਨਹੀਂ ਹੋ ਸਾਨੂੰ ਵੀ ਕੋਈ ਚੱਕਰ ਪਿਆ ਵਾ, ਕੋਈ ਗੱਲ ਹੋਈ ਹੋਵੇ ਤਾਂ ਸਾਨੂੰ ਦੱਸੇ, ਸਾਨੂੰ ਖੁੱਲ੍ਹ ਕੇ ਨਹੀਂ ਗੱਲ ਦੱਸ ਰਹੀ। ਇਸ ਕਰਕੇ ਸਾਡਾ ਨਵਾਂ ਕੈਂਡੀਡੇਟ ਉਤਰਿਆ, ਉਹਦਾ ਨਾਮ ਹੈ ਟੀਟੂ ਬਾਣੀਆਂ। ਧਮਕੀਆਂ ਬਹੁਤ ਜ਼ਿਆਦਾ ਆ ਰਹੀਆਂ। ਕਦੀ ਹੀਰਾ ਪਨੀਰ ਵਾਲਾ ਮੇਰੇ ਕੋਲ ਲੈਣ ਦੇਣ ਨਹੀਂ ਹੈਗਾ, ਕੁਛ ਨਹੀਂ ਹੈਗਾ। ਉਹ ਵੀ ਕਹਿ ਵੀ ਉਹ ਕਹਿੰਦਾ ਮੈਂ ਕਿਹਾ ਭਰਾ ਵਾ ਮੈਨੂੰ, ਮੈਂ ਕੀਤਾ ਕੀ ਤੇਰਾ, ਬਸ ਕਹਿੰਦਾ ਤੂੰ ਅੰਮ੍ਰਿਤਸਰ ਇਲੈਕਸ਼ਨ। ਮੈਂ ਕਿਹਾ ਆਹ ਕਿਹੜੀ ਗੱਲ ਹੋਈ, ਇਲੈਕਸ਼ਨ ਕਮਿਸ਼ਨ ਨੂੰ ਕਿਹਾ ਇਲੈਕਸ਼ਨ ਨਾ ਕਰਾ ਅੰਮ੍ਰਿਤਸਰ ਦੇ। ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਰਾਜਪੁਰਾ ਪਹੁੰਚੇ ਨੀਟੂ ਸ਼ਟਰਾਂ ਵਾਲਾ। ਤੁਹਾਨੂੰ ਦੱਸਦੇ ਕਿ ਨੀਟੂ ਸ਼ਟਰਾਂ ਵਾਲੇ ਨੇ ਪੂਰੇ ਪੰਜਾਬ ਦੇ ਵਿੱਚ 13 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨੇ ਨੇ ਅਤੇ ਅੱਜ ਰਾਜਪੁਰਾ ਦੇ ਵਿੱਚ ਆਪਣੇ ਐਲਾਨੇ ਗਏ ਉਮੀਦਵਾਰ ਨੀਰਜ ਕੁਮਾਰ ਨੰਨਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਨੀਟੂ ਸ਼ਟਰਾਂ ਵਾਲਾ ਪਹੁੰਚੇ ਨੇ, ਜਿੱਥੇ ਉਹਨਾਂ ਨੇ ਬਾਜ਼ਾਰ ਦੇ ਵਿੱਚ ਆਪਣੇ ਉਮੀਦਵਾਰ ਦਾ ਚੋਣ ਪ੍ਰਚਾਰ ਕੀਤਾ ਅਤੇ ਖੁਦ ਵੀ ਨੀਟੂ ਸ਼ਟਰਾਂ ਵਾਲਾ ਪੀ ਐੱਮ ਮੋਦੀ ਦੇ ਖਿਲਾਫ਼ ਵਾਰਾਣਸੀ ਤੋਂ ਇਸ ਵਾਰ ਚੋਣ ਲੜਨਗੇ। ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਸਾਨੂੰ ਬੜੀਆਂ ਧਮਕੀਆਂ ਵੀ ਮਿਲ ਰਹੀਆਂ ਨੇ ਕਿ ਤੁਸੀਂ ਆਪਣੇ ਉਮੀਦਵਾਰ ਨਾ ਖੜ੍ਹੇ ਕਰੋ। ਵੀ ਜੇ ਮੈਂ ਜਿੱਤ ਕੇ ਦੂਜੇ ਦਿਨ ਮੈਂ ਜਿੱਤ ਕੇ ਮੈਂ ਤੁਹਾਡਾ ਮੁੱਲ ਨਾ ਮੋੜਾਂ ਅਤੇ ਸਾਰਾ ਸ਼ਹਿਰ ਕਿ ਸਾਰਾ ਹਿੰਦੁਸਤਾਨ ਜੁੱਤੀਆਂ ਮਾਰਿਓ। ਸਿਰਫ ਦੂਜੇ ਦਿਨ ਹੀ, ਕੋਈ ਇੱਕ ਮਹੀਨਾ ਨਹੀਂ, ਕੋਈ ਦੋ ਦਿਨ ਨਹੀਂ, ਕੋਈ ਤਿੰਨ ਦਿਨ ਨਹੀਂ। ਆ ਪਹਿਲੇ ਦਿਨ ਜਿੱਤ ਗਿਆ, ਦੂਜੇ ਦਿਨ ਨਾਲ ਤੁਹਾਡੇ ਵੋਟਾਂ ਦਾ ਮੁੱਲ ਮੋੜ ਦੇਣਾ। ਕਿਹੜੀ ਤੁਸੀਂ ਉੱਥੇ ਚੋਣ ਲੜ ਰਹੇ ਹੋ ਵਾਰਾਣਸੀ ਤੋਂ, ਕਿਹਦੇ ਨਾਲ ਮੁਕਾਬਲਾ ਰਹੇਗਾ ਤੁਹਾਡਾ? ਮੁਕਾਬਲਾ ਤਾਂ ਸਾਰੇ ਆਪਣੇ ਖਿਲਾਫ ਹੀ ਆ, ਪਰ ਉੱਥੇ ਅਸੀਂ ਦੋ ਬੰਦੇ ਖੜ੍ਹੇ ਆ, ਇੱਕ ਸਾਡੇ ਮੰਤਰੀ ਜੀ ਉੱਥੇ ਖੜ੍ਹੇ ਆ ਜੀ, ਇੱਕ ਨਰਿੰਦਰ ਮੋਦੀ ਖੜ੍ਹੇ, ਬਾਕੀ ਹੋਰ ਕੋਈ ਫਾਰਮ ਨਹੀਂ ਭਰਦਾ ਪਿਆ ਡਰਦਾ ਮਾਰਾ। ਉਹ ਮੈਂ ਕਿਹਾ ਕੀ ਗੱਲ ਹੋ ਗਈ, ਉਹ ਕਹਿੰਦੇ ਨਹੀਂ ਅਸੀਂ ਹਾਰ ਜਾਣਾ। ਮੈਂ ਕਿਹਾ ਹਾਰ ਤਾਂ ਜਾਣਾ ਹੀ ਹੈ ਯਾਰ, ਉਹ ਤਾਂ ਮੈਨੂੰ ਵੀ ਪਤਾ ਵਾ, ਪਰ ਖੜ੍ਹੇ ਤਾਂ ਹੋ, ਸੰਵਿਧਾਨ ਤਾਂ ਕਹਿੰਦਾ ਵਾ ਜੇ ਆਪਾਂ ਇਸ ਕਰਕੇ ਖੜ੍ਹੇ ਨਹੀਂ ਹੁੰਦੇ ਨਾ, ਜਿੰਨੇ ਜ਼ਿਆਦਾ ਇੱਕ ਸ਼ਹਿਰ ਦੇ ਵਿੱਚ ਵੋਟਰ ਸਪੋਟਰ ਖੜ੍ਹੇ ਹੋਣਗੇ, ਸਰਕਾਰ ਡਰੇਗੀ। ਸਰਕਾਰ ਤਾਂ ਡਰੇਗੀ ਕਿ ਯਾਰ ਇਹ ਬੰਦੇ ਸ਼ਾਇਦ ਜਿੱਤ ਨਾ ਜਾਣ ਕਿਤੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਜਨਤਾ ਵੋਟ ਪਾਉਣਾ ਜਾਣਦੀ, ਜਨਤਾ ਦਾ ਵੋਟ ਦਾ ਹਿਸਾਬ ਵੀ ਮੰਗ ਸਕਦੀ, ਜਨਤਾ ਇਹਨਾਂ ਨੂੰ ਪੁੱਛ ਸਕਦੀ। ਹੁਣ ਧਮਕੀਆਂ ਵੀ ਆ ਰਹੀਆਂ, ਧਮਕੀਆਂ ਬਹੁਤ ਜ਼ਿਆਦਾ ਆ ਰਹੀਆਂ। ਕਦੀ ਹੀਰਾ ਪਨੀਰ ਵਾਲਾ ਮੇਰੇ ਕੋਲ ਲੈਣ ਦੇਣ ਨਹੀਂ ਹੈਗਾ, ਕੁਛ ਨਹੀਂ ਹੈਗਾ। ਉਹ ਵੀ ਕਹਿ ਵੀ ਉਹ ਕਹਿੰਦਾ ਮੈਂ ਕਿਹਾ ਭਰਾ ਵਾ ਮੈਨੂੰ, ਮੈਂ ਕੀਤਾ ਕੀ ਤੇਰਾ, ਬਸ ਕਹਿੰਦਾ ਤੂੰ ਅੰਮ੍ਰਿਤਸਰ ਇਲੈਕਸ਼ਨ। ਮੈਂ ਕਿਹਾ ਆਹ ਕਿਹੜੀ ਗੱਲ ਹੋਈ, ਇਲੈਕਸ਼ਨ ਕਮਿਸ਼ਨ ਨੂੰ ਕਿਹਾ ਇਲੈਕਸ਼ਨ ਨਾ ਕਰਾ ਅੰਮ੍ਰਿਤਸਰ 'ਤੇ, ਜਾ ਮੈਂ ਨਹੀਂ ਲੜੂੰਗਾ। ਬਾਬੀ ਚੁੰਮੇ ਵਾਲੀ ਕਿੱਥੋਂ ਖੜੀ ਕੀਤੀ ਹੈ ਤੁਸੀਂ? ਬਿਲਕੁਲ ਨਹੀਂ ਖੜੀ ਹੋਈ। ਕਿਉਂ? ਕਿਉਂ? ਉਹਦੇ ਵਾਸਤੇ ਚੀਟੂ ਬਾਣੀਆਂ ਖੜਾ ਕਰਤਾ, ਟਿਕਟ ਕੈਂਸਲ ਕਰਤੀ। ਨਹੀਂ, ਕੀ ਹੋਇਆ, ਕੀ ਹੈ, ਕੀ ਮਾਮਲਾ, ਕੀ ਹੋਇਆ? ਕਾਰਨ ਉਹ ਕਹਿੰਦੀ ਵੀ ਧਮਕੀ ਆ ਗਈ। ਹੁਣ ਧਮਕੀ ਆ ਗਈ ਆ ਕਿ ਪਤਾ ਨਹੀਂ ਕੀ ਹੋ ਗਿਆ ਵਾ, ਇਹ ਤਾਂ ਪਰਮਾਤਮਾ ਹੀ ਜਾਣੇ। ਖੁਰੇ ਅੱਖ ਚੁੰਮਾ ਦੇ ਦਿੱਤਾ ਉਹਨੇ, ਇਹ ਵੀ ਪਤਾ ਨਹੀਂ ਹੋ ਸਾਨੂੰ ਵੀ ਕੋਈ ਚੱਕਰ ਪਿਆ ਵਾ, ਕੋਈ ਗੱਲ ਹੋਈ ਹੋਵੇ ਤਾਂ ਸਾਨੂੰ ਦੱਸੇ, ਸਾਨੂੰ ਖੁੱਲ੍ਹ ਕੇ ਨਹੀਂ ਗੱਲ ਦੱਸ ਰਹੀ। ਇਸ ਕਰਕੇ ਸਾਡਾ ਨਵਾਂ ਕੈਂਡੀਡੇਟ ਉਤਰਿਆ, ਉਹਦਾ ਨਾਮ ਹੈ ਟੀਟੂ ਬਾਣੀਆਂ। ਹੋਰ ਕਿਸੇ ਨੂੰ ਵੋਟ ਨਾ ਪਾਓ, ਸਾਡੇ ਨੰਨਾ ਜੀ, ਸਾਡੇ ਗੁਰਦਾਸਪੁਰ ਤੋਂ ਭਾਅ ਜੀ ਮੈਨੂੰ ਔਰ ਟੀਟੂ ਬਾਣੀਆਂ ਜੀ, ਉਹ ਸਾਰੇ ਕੈਂਡੀਡੇਟ ਦੇ 13 ਖੜੇ, ਉਹਨਾਂ ਨੂੰ ਵੋਟ ਪਾਓ। ਨੀਟੂ ਸ਼ਟਰਾਂ ਤੋਂ ਮਸ਼ਹੂਰ ਹੋ ਤੇ ਕੱਲਾ, ਹੁਣ ਸ਼ਟਰਾਂ ਦਾ ਕੰਮ ਬੰਦ ਕਰਦਾ ਭਾਈ? ਸ਼ਟਰਾਂ ਦੀ ਦੁਕਾਨ ਦਰਅਸਲ ਮੈਂ ਵੇਚ ਦਿੱਤੀ ਸੀ, ਉਸ ਤੋਂ ਬਾਅਦ ਕਰਜ਼ਾ ਬਹੁਤ ਚੜ ਗਿਆ ਸੀ, ਮੈਂ ਸ਼ਹਿਰੋਂ ਬਾਹਰ ਥੋੜ੍ਹਾ ਰਹਿਣ ਲੱਗ ਪਿਆ ਸੀਗਾ, ਫਿਰ ਹੁਣ ਵਾਪਸ ਆਇਆ। ਅਤੇ ਕੋਈ ਗੱਲ ਨਹੀਂ ਭਾਅ ਜੀ, ਤੁਸੀਂ ਪਿਆਰ ਦਿੰਦੀ ਜਾਂਦਾ। ਤੁਸੀਂ ਹਮੇਸ਼ਾ ਇੰਟਰਵਿਊ ਦੇ ਵਿੱਚ ਗਰੀਬਾਂ ਦੀ ਗੱਲ ਕੀਤੀ ਹੈ, ਇਹ ਟੈਂਪੂ ਯੂਨੀਅਨ ਹੈ ਰਾਜਪੁਰੇ ਦਾ ਦਿਲ ਜਿੱਥੇ ਹੈ ਨਾ, ਉੱਥੇ ਖੜ੍ਹੇ ਹੋ ਤੁਸੀਂ, ਅਤੇ ਉਰੇ ਵੀ ਬਹੁਤ ਲੋਕ ਖੜ੍ਹੇ ਆ, ਇਹਨਾਂ ਦੀ ਵੀ ਬਹੁਤ ਵੋਟਾਂ ਹੈਗੀਆਂ, ਇਹਨਾਂ ਦੇ ਕੈਂਡੀਡੇਟ ਬਾਰੇ। ਮੈਂ ਕਿਹਾ ਜੀ ਭਾਈ ਲੱਲਾ ਭਾਅ ਜੀ ਨੂੰ ਵੋਟ ਪਾਓ ਸਾਰੇ ਮੇਰੇ ਭਰਾ, ਕਿਉਂਕਿ ਮੇਰਾ ਚੋਰ ਨਿਸ਼ਾਨ ਵੀ ਟੈਂਪੂ ਸੀਗਾ, ਅਤੇ ਉਹ ਟੈਂਪੂ ਨੇ ਹਰ ਜਗ੍ਹਾ ਮੇਰਾ ਗਾਣਾ ਵੀ ਚੱਲ ਪਿਆ ਸੀ, ਯਾਰ ਤੇਰਾ ਟੈਂਪੂ ਟੈਂਪੂ, ਉਹ ਗਲਤ ਗਾਣੇ ਦਾ ਮਤਲਬ ਲੈ ਕੇ ਫਿਰ ਮੈਂ ਗਾਣਾ ਪਾਇਆ ਜੀ। ਮੈਂ ਕਿਹਾ ਗਾਣਾ ਤਾਂ ਸਹੀ ਸੀਗਾ,
ਪਰ ਉਹ ਮਤਲਬ ਉਹਦਾ ਗਲਤ ਲੈ ਗਏ, ਉਹ ਫੀਲਿੰਗ ਹੋਰ ਕੋਈ ਲੈ ਗਏ। ਉਹ ਮੈਂ ਕਿਹਾ ਵੀ ਨਹੀਂ, ਕਾਲੀ ਐਕਟਿਵਾ ਨਹੀਂ ਹੈਗੀ ਇੱਥੇ। ਮਨ ਬਣਾ ਲਿਆ ਕਿ ਸਾਰੀਆਂ ਪਾਰਟੀਆਂ ਨੂੰ ਜਿਹੜੇ ਉਮੀਦਵਾਰ ਇਹਨਾਂ ਨੇ ਖੜ੍ਹੇ ਕੀਤੇ ਨੇ ਤਗੜੇ ਤਗੜੇ, ਚਾਹੇ ਬੀਜੇਪੀ ਦਾ ਉਮੀਦਵਾਰ ਹੈ, ਚਾਹੇ ਆਮ ਆਦਮੀ ਦਾ, ਚਾਹੇ ਕਾਂਗਰਸ ਦਾ, ਕੋਈ ਨਾ ਕੋਈ ਇੱਧਰੋਂ ਉੱਧਰੋਂ ਛਾਲਾਂ ਮਾਰ ਕੇ ਆਪਣੇ ਫਾਇਦੇ ਲਈ ਇੱਧਰ ਉੱਧਰ ਛਾਲਾਂ ਮਾਰ ਕੇ ਮਾਰ ਲੈਂਦੇ ਹੈ ਆਪਣੇ ਫਾਇਦੇ ਲਈ। ਤਾਂ ਜਨਤਾ ਨੇ ਮਨ ਬਣਾ ਲਿਆ ਕਿ ਐਤਕੀ ਸਾਰੀਆਂ ਪਾਰਟੀਆਂ ਨੂੰ ਪਤਾ ਕਰਕੇ ਐਤਕੀ ਨੰਨਾ ਆ ਗਿਆ, ਨੰਨਾ ਛਾ ਗਿਆ, ਨੰਨਾ।